ਕਹਿੰਦੇ ਨੇ ਕਿ 15 ਅਗਸਤ 1947 ਵਿੱਚ ਜੋ ਦੇਸ਼ ਆਜ਼ਾਦ ਹੋਇਆ ਸੀ, ਲੱਗਦਾ ਕਿ ਤੁਸੀਂ ਯਾਦ ਹੋਏ ਅਜੇ ਤੱਕ? ਦੇਖ ਲਓ ਤੁਹਾਡੇ ਸਾਹਮਣੇ ਬਰਸਾਤ ਜੇ ਤਾਂ ਇੰਨਾ ਬੁਰਾ ਹਾਲ ਹੈ, ਪੂਰੀ ਝੀਲ ਬਣੀ ਹੁੰਦੀ ਪਾਣੀ ਦੀ ਬਾਹਰ। ਕੋਈ ਨਹੀਂ, ਯਹਾਂ ਸ਼ੂਟਿੰਗ ਤਾਂ ਹੋਤੀ ਹੈ, ਕਿਤਨੀ ਅਭੀ ਵੀ ਹੋਈ ਹੈ, ਕੋਈ ਮਹੀਨੇ ਦੋ ਮਹੀਨੇ ਪਹਿਲਾਂ ਸ਼ੂਟਿੰਗ ਹੋਈ ਹੈ। ਲੱਗਦਾ ਕਿ ਸ਼ੂਟਿੰਗ ਕੇ ਲਈ ਮਕਾਨ ਰਹਿ ਗਿਆ? ਸ਼ੂਟਿੰਗ ਕੇ ਲਈ ਪ੍ਰਾਥਮਿਕ ਵਿਗਿਆਨ ਦਾ ਸ਼ੂਟਿੰਗ ਕੇ ਲਈ ਰੱਖੇ ਹੋਏ ਹੈ ਮਕਾਨ। ਸੰਗਲ ਵਾਲੇ ਮਿਹਨਤੋਂ ਕਾ ਇਹ ਸਾਰੀ ਬਿੰਡ ਕਹੇਗੇ ਤੋ ਇਹ ਕਹਿਤੇ ਹੈ ਕਿ ਗਿਰ ਜਾਏ ਤੋ ਅੱਛਾ ਪਰ ਹਮ ਤੁਮੇ ਬਣਾਨੇ ਨਹੀਂ ਦੇਂਗੇ। ਔਰ ਹਮ ਲੋਕਾਂ ਪਾਸ ਇਤਨਾ ਰੁਪਿਆ ਤੋ ਹੈ ਨਹੀਂ ਕਿ ਹਮ ਇਹਨੇ ਬਣਾ ਸਕੇ। ਵੋਟਾਂ ਲੈਣੀਆਂ ਹੋਣ ਤੇ ਸਰਕਾਰ ਦੇ ਨੁਮਾਇੰਦੇ ਪਹੁੰਚ ਜਾਂਦੇ ਨੇ, ਜੇ ਕੋਈ ਇਨਕੁਆਇਰੀਆਂ ਕਰਨੀਆਂ ਹੋਣ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚ ਜਾਂਦੇ ਨੇ, ਪ੍ਰਸ਼ਾਸਨ ਪਹੁੰਚ ਜਾਂਦਾ, ਪਰ ਇਹਨਾਂ ਘਰਾਂ ਦੀ ਸਾਰ ਉਸ ਤੋਂ ਬਾਅਦ ਕਿੰਨੇ ਲੈਣੀ ਆ ਇਹ ਲੋਕ ਪੁੱਛ ਰਹੇ ਨੇ ਸਰਕਾਰਾਂ ਕੋ, ਪ੍ਰਸ਼ਾਸਨ ਕੋ। ਛੋਟੇ ਛੋਟੇ ਬੱਚੇ ਇਹਨਾਂ ਨੂੰ ਲੈ ਕੇ ਜਾਣਾ ਤੇ ਜਾਣਾ ਵੀ ਕਿੱਥੇ ਹੈ, ਸਹਾਰਾ ਵੀ ਨਹੀਂ ਕੋਈ ਕਿ ਜਿਹੜਾ ਅਸੀਂ ਕਿਤੇ ਲੈ ਕੇ ਚਲੇ ਜਾਈਏ, ਤੇ ਮਜਬੂਰੀ 'ਚ ਸਾਨੂੰ ਇਹਨਾਂ ਘਰਾਂ 'ਚ ਰਹਿਣਾ ਪੈ ਰਿਹਾ ਤੇ ਸੁਣਨ ਵੇਖਣ ਸੁਣਨ ਵਾਲਾ ਕੋਈ ਨਹੀਂ ਹੈ। ਅੰਮ੍ਰਿਤਸਰ ਦੀ ਇੱਕ ਐਸੀ ਜਗ੍ਹਾ ਦੇ ਉੱਪਰ ਪਹੁੰਚਿਆ ਜਿੱਥੇ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰ ਦਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ, ਪਰ ਗਰਾਊਂਡ ਜ਼ੀਰੋ ਤੇ ਪਹੁੰਚੀ ਹੈ ਲਿਵਿੰਗ ਇੰਡੀਆ ਟੀਮ। ਜਦੋਂ ਸਾਡੇ ਵੱਲੋਂ ਇਸ ਜਗ੍ਹਾ ਦਾ ਦੌਰਾ ਕੀਤਾ ਗਿਆ ਤੇ ਇਹ ਕੁਝ ਉੱਥੇ ਪਤਾ ਲੱਗਾ ਕਿ 200 ਸਾਲ ਪੁਰਾਣੀ ਜਗ੍ਹਾ ਜ਼ਮੀਨ ਤੇ 11 ਫੁੱਟ ਨੀਵੇਂ ਘਰ ਹੈਗੇ ਨੇ, ਜਿੱਥੇ ਜ਼ਮਾਨਾ ਚੇਂਜ ਹੋ ਗਿਆ ਪਰ ਇਹ ਘਰ ਨਹੀਂ ਚੇਂਜ ਹੋਏ। ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਬਰਸਾਤ ਦੇ ਵਿੱਚ ਬਦਤਰ ਹਾਲ ਹੋ ਜਾਂਦੇ ਨੇ। ਕੈਮਰਾ ਪਰਸਨ ਕਹੂੰਗਾ ਤਸਵੀਰਾਂ ਦਿਖਾਈਏ, 11 ਫੁੱਟ ਜ਼ਮੀਨ ਦੇ ਉੱਪਰ ਮੈਂ ਖੜਾ ਵਾਂ, ਹਜੇ ਵੀ ਇੱਥੇ ਘਰ ਸਥਿਤ ਹੈਗੇ ਨੇ। ਤੇ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਕੈਮਰਾਮੈਨ ਜਦੋਂ ਜਦੋਂ ਉਤਰਦਾ ਪਿਆ ਤੇ ਜ਼ਮੀਨ ਨੀਵੀਂ ਹੁੰਦੀ ਜਾ ਰਹੀ ਆ, ਤੇ ਇਹ ਤਸਵੀਰਾਂ ਨੇ 11 ਫੁੱਟ ਡੂੰਘੀ ਅੱਜ ਦੇ ਜ਼ਮਾਨੇ ਦੇ ਵਿੱਚ 200 ਸਾਲ ਪੁਰਾਣੇ ਘਰਾਂ ਦੇ ਨਾਲ ਤੁਹਾਨੂੰ ਰੂਪ ਰੂਪ ਕਰਵਾ ਰਿਹਾ, ਜਿੱਥੇ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਸਾਰ ਲੈ ਕੇ ਵਾਸਤੇ ਬਣਿਆ। ਹਾਂ ਦੇਖ ਸਕਦੇ ਹੋ ਕਿ ਹਜੇ ਵੀ ਲੋਕ ਇਹਨਾਂ ਘਰਾਂ ਦੇ ਵਿੱਚ ਗੁਜ਼ਾਰਾ ਕਰਦੇ ਨੇ। ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਓਪੋਜਿਟ ਦੀਆਂ, ਜਿੱਥੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਆਪਣੇ ਰਹਿਣ ਵਾਸਤੇ ਘਰ ਬਣਾਏ ਗਏ ਸੀ, ਪਰ ਯੁੱਗ ਚੇਂਜ ਹੁੰਦਾ ਗਿਆ, ਕੋਠੀਆਂ ਬਿਲਡਿੰਗਾਂ ਹੋਟਲ ਤਿਆਰ ਹੁੰਦੇ ਗਏ, ਪਰ ਇਹ ਜਿਹੜੀ ਘਰ ਨੇ ਇਹ ਡਾਊਨ ਹੁੰਦੇ ਗਏ। ਅਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਲੋਕ ਇੱਥੇ ਰਹਿੰਦੇ ਨੇ, ਪਰ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। 11 ਫੁੱਟ ਡੂੰਘੇ ਘਰਾਂ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਕਿ ਹਜੇ ਵੀ ਲੋਕ ਵੱਸ ਰਹੇ ਨੇ, ਅਤੇ ਲੋਕਾਂ ਦਾ ਕੀ ਕਹਿਣਾ, ਲੋਕਾਂ ਨਾਲ ਕਰਾਂਗੇ ਖਾਸ ਗੱਲਬਾਤ ਕਿ ਲੋਕਾਂ ਦਾ ਰਹਿਣ ਪੋਸ਼ਣ ਕਿੱਦਾਂ ਦਾ ਇੱਥੇ ਦਾ। 11 ਫੁੱਟ ਜ਼ਮੀਨ 'ਤੇ ਅਸੀਂ ਥੱਲੇ ਉਸ ਜਗ੍ਹਾ 'ਤੇ ਪਹੁੰਚੇ ਸੀ ਜਿੱਥੇ ਘਰ ਸਥਿਤ ਨੇ, ਪਰ ਹੁਣ ਉੱਪਰਲੇ ਜ਼ਮੀਨ 'ਤੇ ਜਾ ਰਹੇ ਹਾਂ ਜਿੱਥੇ ਹੁਣ ਹੋਟਲ ਅਤੇ ਨਵੇਂ ਮਕਾਨ ਬਣ ਗਏ ਨੇ। ਆਹ ਦੇਖ ਸਕਦੇ ਹੋ ਕਿ ਦੂਰੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਮਾਡਲ ਹੋ ਗਏ ਨੇ, ਪਰ ਇਹ ਘਰ ਓਲਡ ਦੇ ਓਲਡ ਹੀ ਆ, ਪੁਰਾਣੇ ਘਰ ਕਹਿ ਸਕਦੇ ਆਪਾਂ, 200 ਸਾਲ ਪੁਰਾਣੇ, ਜਿੱਥੇ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਕਦੇ ਸਾਰ ਲੈਣ ਵਾਸਤੇ ਨਹੀਂ ਪਹੁੰਚਾ, ਅਤੇ ਲੋਕ ਹਜੇ ਵੀ ਨਰਕ ਦੀ ਜ਼ਿੰਦਗੀ ਇੱਥੇ ਜੀ ਰਹੇ ਨੇ। ਇਸ ਬਿਲਡਿੰਗ ਦੀ ਤਸਵੀਰ ਤਾਂ ਨਸਾਂ ਜੀ ਕਰ ਰਿਹਾ, 200 ਸਾਲ ਪੁਰਾਣੀ ਦੀ, ਹਾਲਾਤ ਬਦਤਰ ਹੋ ਗਏ ਨੇ, ਕਿਸੇ ਨੇ ਸਾਰ ਨਹੀਂ ਲਿੱਤੀ। ਜਿੱਥੇ 15 ਅਗਸਤ 1947 ਦੇ ਵਿੱਚ ਲੋਕ ਆਜ਼ਾਦੀ ਦਾ ਜਸ਼ਨ ਮਨਾ ਰਹੇ ਨੇ, ਪਰ ਇਹ ਲੋਕ ਹਜੇ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝ ਰਹੇ। ਗੱਲਬਾਤ ਕਰਾਂਗੇ ਇੱਥੇ ਜਿਹੜੇ ਇੱਥੋਂ ਦੇ ਲੋਕ ਮੌਜੂਦ ਨੇ ਕਿ 11 ਫੁੱਟ ਡੁੰਘਾਈ 'ਤੇ ਹਜੇ ਕਿੱਦਾਂ ਉਹਨਾਂ ਦਾ ਗੁਜ਼ਾਰਾ ਹੋ ਰਿਹਾ, ਕਿਉਂਕਿ ਬਰਸਾਤੀ ਦਿਨ ਹੈਗੇ ਨੇ, ਅੰਦਰ ਪਾਣੀ ਖੜ ਜਾਂਦਾ, ਘਰਾਂ ਦੇ ਅੰਦਰ ਵੜ ਜਾਂਦਾ, ਸਮਾਨ ਸਾਰਾ ਖਰਾਬ ਹੋ ਜਾਂਦਾ। ਗੱਲਬਾਤ ਵੀ ਕਰਾਂਗੇ ਭਾਈ ਸਾਹਿਬ, ਕੀ ਨਾਮ ਹੈ ਜੀ ਆਪਣਾ? ਸੁਰਿੰਦਰ ਕੁਮਾਰ। ਸੁਰਿੰਦਰ ਕੁਮਾਰ ਜੀ, ਕਿੰਨੇ ਚਿਰ ਤੋਂ ਰਹਿ ਰਹੇ ਹੋ ਇਸ ਜਗ੍ਹਾ ਦਾ ਨਾਮ ਕੀ ਹੈ ਜੀ? ਅਸੀਂ 100 ਸਾਲ ਤੋਂ ਰਹਿ ਰਹੇ ਇੱਥੇ। 100 ਸਾਲ ਤੋਂ ਰਹਿ ਰਹੇ ਹੋ? ਹਾਂਜੀ ਹਾਂਜੀ। ਕੀ ਜਗ੍ਹਾ ਦਾ ਕੀ ਨਾਮ ਸੀ? ਇਹ ਪੁਸਤਕ ਮਾਰਕੀਟ ਕੋ ਆਉਂਦੀ ਬਾਜ਼ਾਰ ਮਾਈ ਸੇਵਾ। ਹਾਂਜੀ। ਕਹਿੰਦੇ ਨੇ ਕਿ 15 ਅਗਸਤ 1947 ਵਿੱਚ ਜੋ ਦੇਸ਼ ਆਜ਼ਾਦ ਹੋਇਆ ਸੀ, ਲੱਗਦਾ ਕਿ ਤੁਸੀਂ ਯਾਦ ਹੋਏ ਅਜੇ ਤੱਕ? ਦੇਖ ਲਓ ਤੁਹਾਡੇ ਸਾਹਮਣੇ ਬਰਸਾਤ ਜੇ ਤਾਂ ਇੰਨਾ ਬੁਰਾ ਹਾਲ ਹੈ, ਪੂਰੀ ਝੀਲ ਬਣੀ ਹੁੰਦੀ ਪਾਣੀ ਦੀ ਬਾਹਰ, 75 ਸਾਲ ਦਾ ਬੰਦਾ ਲੰਘ ਨਹੀਂ ਸਕਦਾ। ਕਹਿੰਦੇ ਇਸ ਜਗ੍ਹਾ ਡੂੰਘੀ ਹੋਣ ਕਰਕੇ ਕਈ ਘਟਨਾ ਵਾਪਰ ਚੁੱਕੀਆਂ? ਘਟਨਾ ਤਾਂ ਆਪੇ ਵਾਪਰੇ, ਪੈਰ ਸਲਿਪ ਹੋਣਾ ਹੀ ਹੋਣਾ, ਕੱਚੀਆਂ ਜਗ੍ਹਾ ਸਾਰੀਆਂ, ਕੀ ਕਰਦੇ ਕੋਈ ਤਾਂ ਕੋਈ ਪਤਾ ਨਹੀਂ, ਪੁੱਛਦਾ ਕੀ ਜਗ੍ਹਾ ਨਹੀਂ, ਕੋਈ ਇੱਧਰ ਆ ਗਿਆ, ਪਾਣੀ ਘਰਾਂ ਦੇ ਵਿੱਚ ਅੰਦਰ ਐਂਟਰ ਹੋ ਜਾਂਦਾ, ਪਾਣੀ ਆ ਜਾਂਦਾ ਅੰਦਰ। ਸਮਾਨ ਕਿੰਨਾ ਖਰਾਬ ਹੋ ਚੁੱਕਾ? ਸਮਾਨ ਕਾਫੀ ਖਰਾਬ ਹੋਇਆ ਉੱਪਰ ਸਾਡਾ।
ਉੱਪਰ ਕਾਫੀ ਸਮਾਨ ਖਰਾਬ ਹੋਇਆ ਪਾਣੀ ਅੰਦਰ ਆਜਦਾ ਕਮਰੇ ਦੇ ਵਿੱਚ ਸਾਲ ਪਹਿਲੇ ਵਾਈਫ ਨੂੰ ਇੱਥੇ ਕੋਈ ਸਾਧਨ ਹੀ ਨਹੀਂ ਸੀ ਇਕਦਮ ਲਿਜਾਂਦਾ ਹੋਸਪਿਟਲ ਕੋਈ ਸਾਧਨ ਨਹੀਂ ਗਾ ਸੀ ਬੜੀ ਮੁਸ਼ਕਿਲ ਸੀ ਲੈ ਕੇ ਮਲਕਾਂ ਦੇ ਪੁੱਤ ਜਿੱਥੇ ਰਣਜੀਤ ਸਿੰਘ ਦਾ ਪੁੱਤ ਬਣਿਆ ਤੇ ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ ਦੇਖੋ ਬੈਠੇ ਜੇ ਟਾਈਮ ਸਿਰ ਪਹੁੰਚ ਜਾਂਦੇ ਹੋਸਪਿਟਲ ਤੇ ਸਹੀ ਤਰੀਕਾ ਬਚਾਅ ਹੋ ਸਕਦਾ ਸੀ ਅਗਰ ਟ੍ਰੀਟਮੈਂਟ ਮਿਲ ਜਾਂਦਾ ਸਹੀ ਟਾਈਮ ਤੇ ਤਾਂ ਬਚਾਅ ਹੋ ਸਕਦਾ ਸੀ ਅੱਜ 8 ਸਾਲ ਹੋ ਗਏ ਵਿਚਾਰੇ ਅਪਾਹਿਜ ਬਣੇ ਅਪਾਹਿਜ ਨੇ ਅੰਦਾਜ਼ਾ ਲਗਾ ਲੋ ਜੋ ਬਰਸਾਤ ਆਉਂਦੀ ਹੋਈ ਕੀ ਹਾਲ ਹੋਏਗਾ ਉਹਨਾਂ ਦਾ ਵਿਚਾਰਿਆਂ ਦਾ ਪਾਣੀ ਇੱਧਰ ਜਾ ਵੜਦਾ 8-10 ਹੈਗੇ ਸੀ ਹੋਰ ਵੀ ਸਾਡਾ ਮੌਜੂਦ ਹੈਗੇ ਨੇ ਹਾਂਜੀ ਕਿਆ ਨਾਮ ਹੈ ਮੇਰਾ ਨਾਮ ਨਿਰਮਲਾ ਸ਼ਰਮਾ ਨਿਰਮਲ ਸ਼ਰਮਾ ਜੀ ਆਪ ਕਬ ਸੇ ਰਹਿ ਰਹੇ ਹੋ ਮੇਰੇ ਕੇ ਵੀ ਮੇਰੇ ਫੈਮਿਲੀ ਕੋ ਵੀ ਨਾ ਚੌਥੀ ਪੀੜ੍ਹੀ ਆ ਚੌਥੀ ਪੀੜ੍ਹੀ ਹੋ ਚੌਥੀ ਪੀੜ੍ਹੀ ਮੈਂ ਮੇਰੇ ਹੈ ਨਾ ਸੁਸਰ ਉਹ 100 ਸਾਲ ਕੇ ਪੂਰੇ ਹੋਏ 100 ਸਾਲ ਉਨਕੋ 40 ਸਾਲ ਹੋ ਗਏ ਪੂਰੇ ਹੋਏ 40 ਸਾਲ ਹੋ ਗਏ ਮੇਰੇ ਹਸਬੰਡ ਉਨਕੋ ਵੀ 30 ਸਾਲ ਪੂਰੇ ਹੋ ਗਏ ਮੇਰੀ ਮੈਰਿਜ ਕੋ ਹੋਏ ਨਾ 47 ਸਾਲ ਹੋ ਗਏ 47 ਸਾਲ ਹੋ ਗਏ ਮੇਰੀ ਮੈਰਿਜ ਕੋ ਹੋਏ ਜਬ ਮੈਂ ਵਿਆਹੀ ਯਹੀ ਆਈ ਹੂੰ ਐਸੇ ਰਹਿ ਰਹੇ ਹੋ ਐਸੇ ਕਿਆ ਅਬ ਤੋ ਇਤਨੀ ਪ੍ਰੋਬਲਮ ਹੈ ਆਪਕੋ ਮੈਂ ਦਿਖਾਉਂ ਉਸਮੇ ਨੀਚੇ ਹੈ ਨਾ ਇਹ ਕੋ ਜਾਨ ਬਚ ਗਈ ਮਾਰੀ ਬਾਕੀ ਹੈ ਨਾ ਸਭ ਕੋ ਪਤਾ ਹੈ ਸਾਰਾ ਸਮਾਨ ਦਬ ਗਿਆ ਟੀਵੀ ਸਭ ਦਬ ਗਿਆ ਬੈਡ ਬੂਡ ਸਭ ਅਬ ਬਣਾਨੇ ਵੀ ਨਹੀਂ ਦਿੱਤੇ ਕਿਆ ਬੋਲਤੇ ਹੋ ਨਹੀਂ ਬਣਾਨੇ ਦੇਣਾ ਬਣਾਓ ਤੋ ਕਿਰਾਏ ਦੋ ਜ਼ਿਆਦਾ ਅਬ ਕਿਰਾਏ 4000 ਕਹਾਂ ਸੇ ਦੇ ਉੱਪਰ ਵਾਲੀ ਛੱਤ ਹੈ ਆਪ ਉਧਰ ਸੇ ਆ ਕੇ ਦੇਖੋ ਪੂਰਾ ਸਮਾਨ ਹੈ ਨਾ ਗਿਰਾ ਅਭੀ ਵੀ ਛੱਤ ਹੈ ਨਾ 3-4 ਸਾਲ ਸੇ ਅਭੀ ਹਮੇ ਨੀਚੇ ਛੱਤ ਕਾ ਵੀ ਖਤਰਾ ਹੋ ਗਿਆ ਕਿਉਂਕਿ ਪੁਰਾਣੀ ਛੱਤ ਹੈ ਆਜ ਇਹ ਮਕਾਨ ਬਣੇ 2-7 ਸਾਲ ਹੋ ਗਏ 125 ਸਾਲ ਮੇਰੇ ਫੈਮਿਲੀ ਕੇ ਪਾਸ 200 ਸਾਲ ਸੇ ਉੱਪਰ ਹੋ ਜਾ ਗਿਆ ਹਾਂ 125 ਸਾਲ ਸੇ ਹਮਾਰੀ ਫੈਮਿਲੀ ਕੇ ਪਾਸ ਹੈ ਮਕਾਨ ਡਰ ਲੱਗਤਾ ਹੈ ਅਬ ਹਮੇ ਜ਼ਿਆਦਾ ਡਰਨੇ ਲੱਗ ਗਿਆ ਉੱਪਰ ਇੱਕ ਵਾਸਾ ਦੇ ਕਰਕੇ ਆਣਾ ਸੀ ਇਹ ਛੱਤੋਂ ਕਾ ਇਹ ਅਗਰ ਜੀ ਬਿਲਡਿੰਗ ਗਿਰੇਗੀ ਨਾ ਸਾਰੀ ਨੀਚੇ ਗਿਰੇਗੀ ਲੱਗਤਾ ਕਿ ਜੋ ਲੋਕ ਵਹਾਂ ਪੇ ਰਹਿ ਰਹੇ ਹੈ ਜੇ ਵਾਲੇ ਮਕਾਨ ਮੇ ਜੋ ਨੀਚੇ ਰਹਿ ਰਹੇ उनके लिए तो बहुत मुश्किल होता होगा कि पानी सारा अंदर एक्टर यहाँ से जो बच्चे थे ना छोटे छोटे वो फैमिली चली गई कई और जो रह रहे उन्हें रखे यहाँ है ना इतना इतना पानी भर जाता है इतना इतना पानी भर जाता है इसमें दो दो फुट का उसमें से निकलते हैं बेचारे इतनी मुश्किल आती है कभी किसी ने सार ली जहाँ से आके पूछ के कि आप कैसे रह रहे हो कोई नहीं यहाँ शूटिंग तो होती है कितनी अभी भी हुई है कोई महीने दो महीने पहले शूटिंग हुई है लगता कि शूटिंग के लिए मकान रह गया अभी शूटिंग के लिए प्रातन विभाग में शूटिंग के लिए रखे हुए हैं मकान पर आपकी जान को तो खतरा है हमारी जान को खतरा इतना देखो इधर से गिरे सारे लग रहे हैं ऐसे मकान ये तो ये है कि थोड़ी है पुराने मकान है ना इनकी कंधा जरा मोटी होती है इसीलिए थोड़ा बचाव है बाकी तो गिरते हैं तो पूरा पूरा गिरते हैं नहीं बच्चे रह रहे हैं अभी डर तो है कि यार अब देखो छत है इनकी ये साथ वाले हैं बस जरा लगाते हैं हम लोग देखो जितना हम लोग का पैसा है उतना ही लगाएंगे ना और मालिक हमें लगाने नहीं देते बिल्कुल सरकार को क्या अपील करना चाहोगे सरकार को अपील ये करना चाहेंगे या तो ये मकानों के सुध ले क्योंकि हम लोगों के पास इतना पैसा नहीं कितने परिवार हो ये परिवार है 1-2-3-4-5-6-7-8-10 परिवार है 10 परिवार 200 साल से 200 साल के पुराना मकान में रह रहे हैं 150-175 साल हर परिवार को हो गया पर दिन गिर रहे थे कि ये बिल्डिंग का पुरानी है मेहनत यही कहते हैं हमारे इन संगल वाले मेहनतों का ये सारी बिल्डिंग है ये तो ये कहते हैं कि गिर जाए तो अच्छा है पर हम तुम्हें बनाने नहीं देंगे और हम लोगों के पास इतना रुपया तो है नहीं कि हम इन्हें बना सके घर दिया बाहरों तस्वीर दिखाई सी हूँ तुम घर के अंदर दस्वीर दिखावे 200 साल पुराने मकाना दया ਜਿੱਥੇ ਲੋਕ ਹਜੇ ਵੀ ਦਿਨ ਗਿਣ ਰਹੇ ਨੇ ਕਿ ਕੋਈ ਸਾਡੀ ਸਾਰ ਲੈਣ ਵਾਸਤੇ ਇੱਥੇ ਪਹੁੰਚੇਗਾ ਆਹ ਦੇਖ ਸਕਦੇ ਹੋ ਕਿ ਬਾਲਿਆਂ ਦੀ ਪੁਰਾਣੀਆਂ ਛੱਤਾਂ ਪਈਆਂ ਹੋਈਆਂ ਨੇ ਬੀਤੇ ਦਿਨਾਂ ਦੇ ਵਿੱਚ ਭੂਚਾਲ ਦੇ ਕਾਫੀ ਝਟਕੇ ਲੱਗੇ ਨੇ ਅਤੇ ਇਹਨਾਂ ਨੂੰ ਡਰ ਪਲ ਪਲ 'ਤੇ ਲੱਗਦਾ ਕਿ ਕਿਤੇ ਕੋਈ ਘਟਨਾ ਨਾ ਵਾਪਰੇ ਕਿਉਂਕਿ ਇੱਕ ਘਟਨਾ ਇਹਨਾਂ ਦੇ ਨਾਲ ਵਾਪਰ ਚੁੱਕੀ ਆ ਬਿਜੀ ਜੋ ਬੈਠੇ ਹੋਏ ਨੇ ਤੰਦਰੁਸਤ ਸਨ ਪਰ ਥੋੜ੍ਹੀ ਜਿਹੀ ਇਹਨਾਂ ਨੂੰ ਪ੍ਰੋਬਲਮ ਆਈ ਅਤੇ ਜਦੋਂ ਇਹਨਾਂ ਨੂੰ ਹੋਸਪਿਟਲ ਖੜ੍ਹ ਲੱਗੇ ਅਤੇ ਐਂਬੂਲੈਂਸ ਟਾਈਮ ਸਿਰ ਨਹੀਂ ਪਹੁੰਚੀ ਅਤੇ ਪੈਰਾਲਾਈਜ਼ ਦਾ ਇਹਨਾਂ ਨੂੰ ਅਟੈਕ ਆ ਗਿਆ ਦੇਖ ਸਕਦੇ ਹੋ ਕਿ ਹੁਣ ਦਿਨ ਗਿਣ ਰਹੇ ਨੇ ਕਿ ਕੋਈ ਸਾਡੀ ਸਾਰ ਲੈਣ ਵਾਸਤੇ ਵੀ ਪਹੁੰਚੂਗਾ ਕਿਉਂਕਿ 200 ਸਾਲ ਪੁਰਾਣੇ ਇਹ ਮਕਾਨ ਹੈਗੇ ਨੇ ਆਹ ਦੇਖ ਸਕਦੇ ਹੋ ਕਿ ਘਰ ਦੇ ਹਾਲਾਤ ਕਿੰਨੇ ਕਸਤਾ ਹੋ ਚੁੱਕੇ ਨੇ ਪਰ ਆਖਰ ਦੇ ਵਿੱਚ ਹੁਣ ਕਰਨਗੇ ਕੀ ਬੁਢਾਪਾ ਬਜ਼ੁਰਗ ਹੋ ਚੁੱਕੇ ਨੇ
क्योंकि जो अपनी होश से इन्हों इन्होंने बड़ा सवार अपने मकान कि असी राजी खुशी रहेंगे बजुर्ग हो जाएंगे तो अपने परिवार ना रहेंगे पर एक घर के हालात की ने इतने गलबात भी कर देंगी बी की नाम है जी की नाम है जी सुनीलता की गल होगी जी बस बीपी वध्या अच्छा बीपी वध्या अटैक आ गया कारण की है बीपी वधन का की इतने कोई गड्डी नहीं पहुंची कोई एम्बुलेंस नहीं मिली वेले से ट्रीटमेंट नहीं मिला वेले से दवाई मिल जाती तो ठीक हो जाती अपने घर जिधर आए उसे चल जाने घर का काम वधिया तरीके नाल करदे सन पर थोड़ी जी प्रॉब्लम होने करके एम्बूलेंस जो टाइम सिर इतने पहुँच जाती बिजी होस्पिटल टाइम सिर पहुँच जाते तो आखिर दे वाकर की लोड़ ना पैंदी पर सवाल ये वोटा लैनिया हो सरकार के नुमाइंदे पहुँच जाते हैं जो कोई इनकवायरियां करनिया होन पुलिस के अधिकारी इतने पहुँच जाते हैं प्रशासन पहुँच जाता पर इन्हां घरां दी सार उस तो बाद किन्ने लैनिया ये लोग पुछ रहे हैं सरकारां को प्रशासन को बापू जी ये तो गल ठीक है ना मैं कही कि वोटा मंगन वास्ते घर देख दे सारे हाँ सब आ जाने सारिया पार्टियां आई दी मुद्दे कोई नहीं करता अज 8 साल हो गए सानू घर बैठे वेले बैठे ये हम सानू पता ही कि हम गुजारा करते पे की करिए किसी को मंगे कोई दिंदा है कहते बीज नु ते वोट पवाउण वास्ते ऑटो ते खड़दे फिर पता नहीं कि बैटरी नहीं दिख सकदी कि वोट पा दो आके की अपील की करना चाहोगे सरकार नु तुसी अपील करने सेवक सहायता सहायता करना सहायता करना बुढ़ापे दे विच की सहायता की 70 दी उम्र दी है 75 मेरी है 75 अच्छा 75 मेरी है अच्छा तीन दी अब 70 दे करीब है ने 69 बिल्कुल जी मेहनत की थी खून पसीने दा रुपया रुपये ना एक घर बनाया सी कि असी राजी खुश अपने परिवार नाल दे सकते हो ये तस्वीर ही बयान कर रही 200 साल पुराने घर है जमीन तो 11 फुट डूंगे है पर इन्हों की सार लैन वास्ते कोई भी नहीं पहुंचे इतने तक कि रिश्तेदार तक भी रात नहीं इन्ना को ठहरता कि इस मकान के थले असी ना आ जाइए होर भी तस्वीर ढड़ना सांझिया करांगे इंडिया की टीम ग्राउंड जीरो के उपर पहुंची हुई है 11 फुट जिहड़े डूंगे घर ने उन्होंने घर तक उन्होंने लोगों की मुश्किल लैन वास्ते पहुंची है जिहड़े लोग नरक की जिंदगी जी रहे हैं आ घर दीआं तस्वीरां वी तुहाडे नाल सांझियां करांगे पहला देख सकते हो कि छोटे छोटे बच्चे ने क्योंकि खतरा बहुत ज़्यादा 200 साल पुराने मकान हैगे ने तो लोग डर जांदे ने क्योंकि बीते दिनों दे विच भूचाल दे काफ़ी झटके लगे ने उदों ये परिवार बच्चों के समेत अपना बाहर चल जाता क्योंकि डर लगता कि किते इस दे थले आके कोई घटना ना वापर जाए मैम सर नाम मैम अपना नाम दस्सो जी मोनिका शर्मा मोनिका जी किन्ने चिर तुसीं रह रहे हो काफ़ी सालों तो इत्थे रह रहे हैं बहुत पुराने हैं 100-150 साल पुराने मकान है काफ़ी देर तो रह रहे हैं काफ़ी खतरे वाली गल है बड़े पुराने मकान है जदों कोई वारदात होंगी बारिश कि कोई हादसा ना वापर जाए साढ़े नाल तां बहुत दिक्कतों का सामना करना पैंदा है हाँ जी छोटे छोटे बच्चे इन्हां लैके जाना तो जाना भी कित्थे है सहारा भी नहीं कोई कि जिहड़ा असीं कितें लैके चले जाइए तो मजबूरी च सानू इन्हां घरां च रहना पै रहा है समान भी छत्ता चोन गए समान कि रखांगे बारिश का पानी अंदर आएगा समान अभी कि रख सकते हैं साडे को कोई चारा नहीं है बड़ी मुश्किल ना इत्थे रहने सरकार नू यही अपील है कि साडी सुनी जाए जां तां साडा सानू कुछ दिता जाए सानू सेफ किता जाए नहीं बहुत आता है यहाँ पे पानी आता है फिर छत्ते चोती है फिर डर लगता है यहाँ पे कि कभी भी छत गिर सकती है किताबें भी काफी खराब हुई आपकी पानी की वजह से हाँ जी जब पानी चोता तो किताबें भी खराब होती है देखो जी छोटा जा बच्चा भी अपील कर रहा सरकार नू कि बरसात का पानी अंदर एंटर हो जाता जिहदे करके काफ़ी नुकसान हुंदा लोगों ने अपने समान नू बचाउण वास्ते कई जुगाड़ किए ने पर पानी जिहड़ा बरसात का पानी आ वह काफ़ी अंदर एंटर होया जिहड़े तस्वीरां ने छत्तां दीआं वो तुहाडे नाल सांझियां कर रहे हैं कि लोग नरक भरी जिंदगी जी रहे ने जिथे लोग आजादी का दिवस मना रहे ने जश्न मना रहे ने पर इत्थे
लोग नरक की जिंदगी जींदे हुए नजर आ रहे हैं। लोग पल पल गिन रहे ने ते गुरु महाराज अगे अरदास कर रहे हैं कि साढ़े ते औखी घड़ी ना आवे, क्योंकि औखी घड़ी इस करके कह रहे हैं क्योंकि 200 साल पुराना मकान 11 फुट जमीन तो डूंगे मकान दे विच लोग रह रहे ने। तो लोगों की सरकार नू अपील, प्रशासन नू अपील कि साड़ी सार लिती जावे। वोटा मंगन वास्ते घर की कुंडी खड़काई जाती है, 11 फुट जमीन के अंदर आके साडे घर के अंदर वोटा मंगिया जांदियां ने, पर जदों सरकारा बन जांदियां फिर साड़ी सार तक नहीं पुछी जाती। लिविंग इंडिया के वलों ग्राउंड जीरो से आके उन्हां लोगों नाल गलबात की जा रही है जो कि 200 साल तो पुराने इत्थे वसे हुए ने, तो 11 फिट की दूरी के उपर बह के अपना जीवन बतीत कर रहे हैं। कैमरामैन मनोज दे नाल मजिंदर सिंह, लिविंग इंडिया न्यूज़, अमृतसर।